ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਠ ਮਹੱਲਾ ਤੀਜਾ। ਸਤਿਗੁਰ ਸੇਵੇ ਤਾ ਸਹਿਜ ਧੁਨ ਉਪਜੈ, ਗਾਤ ਮਤ ਤਦ ਹੀ ਪਾਏ, ਹਰ ਕਾ ਨਾਮ ਸੱਚਾ ਮਨ ਵਸਿਆ, ਨਾਮੇ ਨਾਮ ਸਮਾਏ, ਬਿਨ ਸਤਿਗੁਰ ਸਭ ਜਗ ਬੌਰਾਨਾ, ਮਨਮੁਖ ਅੰਧਾ ਸ਼ਬਦ ਨਾ ਜਾਣੈ, ਝੂਠੈ ਭਰਮ ਭੁਲਾਨਾ ਰਹਾਉ, ਤ੍ਰੈ ਗੁਣ ਮਾਇਆ ਭਰਮ ਭੁਲਾਇਆ, ਹਉਮੈ ਬੰਧਨ ਕਮਾਈ, ਜੰਮਣ ਮਰਨ ਸਿਰ ਉਪਰ ਉਭਾਉ, ਗਰਵ ਜੂਨ ਦੁਖ ਪਾਏ। ਧਿਆਨ ਨਾਲੇ ਪਾਦ ਉਚਾਰਨ ਕਰਨੇ ਹਨ। ਉਭਾਉ, ਭੱਬਾ ਬੋਲਣਾ ਵਿੱਚ ਉਬੋ ਨੀ ਕਹਿਣਾ, ਉਬੋ ਕਵਾਂਗੇ ਤੇ ਊੜੇ ਦੇ ਦਲੈਂਕੜ ਬੱਬੇ ਦੇ ਹੋੜਾ ਲੱਗ ਜਾਏਗਾ, ਊੜਾ ਬੰਦ ਮੂੰਹ ਵਾਲਾ ਹੈ। ਉਬਾਉ, ਗਰਭ ਜੂਨ ਦੁੱਖ ਪਾਏ, ਜੰਮਣ ਮਰਨ ਸਿਰ ਉਪਰ ਉਬਾਉ, ਗਰਭ ਜੂਨ ਦੁੱਖ ਪਾਏ। ਤ੍ਰੈ ਗੁਣ ਵਰਤ ਹੈ ਸਗਲ ਸੰਸਾਰਾ, ਹਉਮੈ ਵਿੱਚ ਪਤ ਖੋਈ, ਗੁਰਮੁਖ ਹੋਵੈ ਚੌਥਾ ਪਦ ਚੀਨੈ, ਰਾਮ ਨਾਮ ਸੁਖ ਹੋਈ, ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ, ਜੋ ਤੂੰ ਕਰਹਿ ਸੁਖ ਹੋਈ, ਨਾਨਕ ਰਾਮ ਨਾਮ ਨਿਸਤਾਰਾ, ਸਬਦੇ ਹਉਮੈ ਖੋਈ, ਸਬਦੇ ਪਦ ਤੇ ਯਮ ਲਾ। ਸੋਰਠ ਮਹੱਲਾ ਚੌਥਾ। ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹ ਵਣਜਾਰਾ, ਜੱਗ ਆਪ ਹੈ ਪਿਆਰਾ, ਆਪੇ ਸਾਚਾ ਸਾਹ, ਆਪੇ ਵਣਜ ਵਾਪਾਰੀਆ ਪਿਆਰਾ, ਆਪੇ ਸੱਚ ਵੇਸਾਹ। ਆਪੇ ਪਦਾਂ ਤੇ ਯਮਕ ਲਾ ਦੇਣੀ ਹੈ। ਆਪੇ ਵਣਜ ਵਾਪਾਰੀਆ ਪਿਆਰਾ, ਆਪੇ ਸੱਚ ਵੇਸਾਹ। ਜਪ ਮਨ ਹਰ ਹਰ ਨਾਮ ਸਲਾਹ, ਗੁਰ ਕਿਰਪਾ ਤੇ ਪਾਈਐ ਪਿਆਰਾ, ਅੰਮ੍ਰਿਤ ਅਗਮ ਅਸਾਹ ਰਹਾਉ। ਜਿਸ ਤਰ੍ਹਾਂ ਇਹਨਾਂ ਪਦਾਂ ਦੇ ਉਚਾਰਨ ਕਰ ਰਹੇ ਹਨ, ਇਸੇ ਤਰ੍ਹਾਂ ਹੀ ਉਚਾਰਨ ਕਰਨਾ। ਸਲਾਹ ਅਥਾਹ, ਕੰਨਾ ਵੱਧ ਨੀ ਲਾ ਦੇਣਾ। ਇਸੇ ਤਰ੍ਹਾਂ ਔਂਕੜ ਦਾ ਸਾਹ, ਵੇਸਾਹ ਅਪਾਹ, ਔਂਕੜ ਨਾਲ ਬੋਲਣਾ, ਹੋੜੇ ਨੀ ਲਾ ਦੇਣੇ ਹਨ, ਅਤੇ ਔਂਕੜ ਛੱਡਣਾ ਨਹੀਂ ਹੈ। ਆਪੇ ਸੁਣ ਸਭ ਵੇਖਦਾ ਪਿਆਰਾ, ਮੁਖ ਬੋਲੇ ਆਪ ਮੁਹਾਹ, ਆਪੇ ਆਪੇ ਸੁਣ, ਇੱਥੇ ਲੱਗ ਜਾਏਗਾ, ਆਪੇ ਸੁਣ ਸਭ ਵੇਖਦਾ ਪਿਆਰਾ, ਆਪੇ ਸੁਣ ਸਭ ਵੇਖਦਾ ਪਿਆਰਾ, ਮੁਖ ਬੋਲੇ ਆਪ ਮੁਹਾਹ, ਆਪੇ ਉੱਜੜ ਪਾਏ ਦਾ ਪਿਆਰਾ, ਆਪੇ ਉੱਜੜ ਪਾਏ ਦਾ ਪਿਆਰਾ, ਆਪੇ ਉੱਜੜ ਪਾਏ ਦਾ ਪਿਆਰਾ, ਆਪ ਵਿਖਾਲੇ ਰਾਹ, ਆਪ ਵਿਖਾਲੇ ਰਾਹ, ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਵੇ ਪ੍ਰਵਾਹ, ਆਪੇ ਆਪ ਉਪਾਏ ਦਾ ਪਿਆਰਾ, ਸਿਰ ਆਪੇ ਧੰਦੜਾ ਲਾਹ। ਜਿਸ ਤਰ੍ਹਾਂ ਉਪਾਏ ਦਾ ਪਾਏ ਦਾ ਉਚਾਰਨ ਕੀਤਾ ਜਾ ਰਿਹਾ, ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨਾ। ਲਾਂ ਨੀ ਲਾ ਦੇਣੀ, ਉਪਾਏ ਈ ਦੇ ਲਾਂ ਲਾ ਕੇ ਨੀ ਬੋਲਣੀ, ਉਪਾਏ ਦਾ ਪੱਪੇ ਦਾ ਕੰਨਾ ਵਧਾ ਦੇਣਾ ਹੈ, ਉਪਾਏ ਦਾ ਪਾਏ ਦਾ ਇਸ ਤਰ੍ਹਾਂ ਬੋਲਣੇ ਹਨ। ਆਪ ਕਰਾਏ ਸਾਖਤੀ ਪਿਆਰਾ, ਆਪ ਮਾਰੇ ਮਰ ਜਾਹ,
ਆਪੇ ਪੱਤਣ ਪਾਤਨੀ, ਆਪੇ ਪੱਤਣ ਪਾਤਣੀ ਪਿਆਰਾ, ਆਪੇ ਪਾਰ ਲੰਘਾ ਆਪੇ ਪਾਤਣੀ ਜਿਹੜਾ ਹੈ ਦਰਮਿਆਨਾ ਜਾ ਬੋਲਣਾ ਹੈ, ਆਪੇ ਪੱਤਣ ਪਾਤਣੀ ਪਿਆਰਾ, ਆਪੇ ਸਾਗਰ ਬੋਹਿਥਾ ਪਿਆਰਾ, ਗੁਰ ਖੇਵਟ ਆਪ ਚਲਾਹ, ਆਪੇ ਹੀ ਚੜ ਲੰਘਦਾ ਪਿਆਰਾ। ਲੰਘਦਾ ਘੱਗਾ ਬੋਲ ਕੇ ਲੰਘ, ਲੰਘਦਾ ਨੀ ਕਹਿਣਾ, ਉੱਤੇ ਟਿੱਪੀ ਵੀ ਹੈ, ਲੰਘ ਲੰਘਦਾ ਇਸ ਤਰ੍ਹਾਂ ਬੋਲਣਾ। ਆਪੇ ਹੀ ਚੜ ਲੰਘਦਾ ਪਿਆਰਾ, ਕਰ ਚੋਜ ਵੇਖੈ ਪਾਤ ਸਾਹ, ਕਰ ਚੋਜ ਵੇਖੈ ਪਾਤ ਸਾਹ, ਆਪੇ ਹੀ ਚੜ ਲੰਘਦਾ ਪਿਆਰਾ, ਕਰ ਚੋਜ ਵੇਖੈ ਪਾਤ ਸਾਹ, ਆਪੇ ਆਪ ਦਇਆਲ ਹੈ ਪਿਆਰਾ, ਆਪੇ ਆਪ ਦਇਆਲ ਹੈ ਪਿਆਰਾ, ਜਨ ਨਾਨਕ ਬਖਸ ਮਿਲਾਹ। ਸੂਰਠ ਮਹੱਲਾ ਚੌਥਾ, ਚੌਥਾ। ਹਾਂਜੀ, ਦੋ ਵਾਰੀ ਉਚਾਰਨ ਕਰਨਾ ਹੈ, ਪਹਿਲਾਂ ਅੰਕਾਂ ਦੇ ਵਿੱਚ ਆ ਗਿਆ, ਫਿਰ ਅੱਖਰਾਂ ਚ ਆ ਗਿਆ। ਪਹਿਲਾਂ ਵੀ ਦੱਸ ਦਿੱਤਾ ਵੀ ਜਿੱਥੇ ਅੱਖਰਾਂ ਦੇ ਵਿੱਚ ਪਹਿਲਾਂ ਲਿਖਿਆ ਹੋਵੇ, ਅੰਕਾਂ ਚ ਬਾਅਦ ਵਿੱਚ ਲਿਖਿਆ ਹੋਵੇ, ਉੱਥੇ ਇੱਕ ਵਾਰੀ ਉਚਾਰਨ ਕਰਨਾ ਹੈ। ਜਿੱਥੇ ਅੰਕਾਂ ਚ ਪਹਿਲਾਂ ਲਿਖਿਆ ਹੋਵੇ, ਅੱਖਰਾਂ ਚ ਬਾਅਦ ਚ ਲਿਖਿਆ ਹੋਵੇ, ਉੱਥੇ ਦੋ ਵਾਰੀ ਉਚਾਰਨ ਕਰਨਾ। ਨਾਲੇ ਮਹਾਰਾਜ ਨੇ ਇੱਥੇ ਦੱਸ ਦਿੱਤਾ ਵੀ ਇਹਨੂੰ ਚੌਥਾ ਕਹਿਣਾ ਹੈ। ਆਮ ਪਾਠੀ ਸਿੰਘ ਚੌਥਾ ਕਹਿ ਜਾਂਦੇ ਹਨ, ਚੌਥਾ ਨੀ, ਊੜਾ ਬੰਦ ਨੂੰ ਵਾਲਾ ਔਂਕੜ ਲਾ ਕੇ ਚੌਥਾ ਉਚਾਰਨ ਕਰਨਾ। ਆਪੇ ਅੰਡਜ ਜੇਰਜ ਸੇਤਜ ਉਤਪੁਜ, ਆਪੇ ਇੱਥੇ ਯਮਕ ਲਾ ਦੇਣੀ ਹੈ, ਅੰਡਜ ਜੇਰਜ ਸੇਤਜ ਉਤਪੁਜ, ਆਪੇ ਖੰਡ ਆਪੇ ਸਭ ਲੋਏ, ਆਪੇ ਸੂਤ ਆਪੇ ਬਹੁਮਣੀਆ, ਕਰ ਸਕਤੀ ਜਗਤ ਪਰੋਏ, ਆਪੇ ਹੀ ਸੂਤ ਧਾਰ ਹੈ ਪਿਆਰਾ, ਸੂਤ ਖਿੰਚੇ ਟਹਿ ਢੇਰੀ ਹੋਏ, ਮੇਰੇ ਮਨ ਮੈਂ ਹਰ ਬਿਨ ਅਵਰ ਨਾ ਕੋਏ, ਸਤਿਗੁਰ ਵਿੱਚ ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ, ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ, ਆਪੇ ਜਲ ਥਲ ਸਬਤ ਹੈ ਪਿਆਰਾ। ਸਬਤ ਕਸ ਕੇ ਬੋਲਣਾ, ਆਪੇ ਜਲ ਥਲ ਸਬਤ ਹੈ ਪਿਆਰਾ, ਪ੍ਰਭ ਆਪੇ ਕਰੇ ਸੋ ਹੋਏ, ਪ੍ਰਭ ਆਪੇ ਕਰੇ ਸੋ ਹੋਏ, ਸਭਨਾ ਰਿਜਕ ਸਵਾਹ ਦਾ ਪਿਆਰਾ, ਸਭਨਾ ਰਿਜਕ ਸਮਾਹ ਦਾ ਪਿਆਰਾ, ਦੂਜਾ ਅਵਰ ਨਾ ਕੋਏ, ਆਪੇ ਖੇਲ ਖਿਲਾਏ ਦਾ ਪਿਆਰਾ, ਆਪੇ ਕਰੇ ਸੋ ਹੋਏ, ਆਪੇ ਹੀ ਆਪ ਨਿਰਮਲਾ ਪਿਆਰਾ, ਆਪੇ ਨਿਰਮਲ ਸੋਏ, ਆਪੇ ਕੀਮਤ ਪਾਏ ਦਾ ਪਿਆਰਾ, ਆਪੇ ਕਰੇ ਸੋ ਹੋਏ, ਆਪੇ ਅਲੱਖ ਨਾ ਲਖੀਐ ਪਿਆਰਾ, ਆਪੇ ਅਲੱਖ ਅਲੱਖ ਨਾ ਲਖੀਐ ਪਿਆਰਾ, ਆਪ ਲਖਾਵੈ ਸੋਏ, ਆਪੇ ਗਹਿਰ ਗੰਭੀਰ ਹੈ ਪਿਆਰਾ, ਗਹਿਰ ਗਹਿਰ ਆਪੇ ਗਹਿਰ ਗੰਭੀਰ ਹੈ ਪਿਆਰਾ, ਤਿਸ ਜੇਵਡ ਅਵਰ ਨਾ ਕੋਏ, ਸਭ ਘਾਟ ਆਪੇ ਭੋਗ ਵੈ ਪਿਆਰਾ, ਵਿੱਚ ਨਾਰੀ ਪੁਰਖ ਸਭ ਸੋਏ, ਨਾਨਕ ਗੁਪਤ ਵਰਤ ਦਾ ਪਿਆਰਾ, ਗੁਰਮੁਖ ਪ੍ਰਗਟ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।